ਆਲੀਸ਼ਾਨ ਬਿਲਡਿੰਗ ਜਿਹੜੀ ਇਹ ਅੱਜ ਤੁਹਾਨੂੰ ਡੇਰਾ ਬਾਬਾ ਨਾਨਕ ਤੋਂ ਇੱਕ ਵਿਸ਼ੇਸ਼ ਰਿਪੋਰਟ ਜਿਹੜੀ ਦਿਖਾਉਣ ਜਾ ਰਹੇ ਹਾਂ ਜੀ। ਕਰਤਾਰਪੁਰ ਲਾਂਘਾ ਪਾਕਿਸਤਾਨ, ਡੇਰਾ ਬਾਬਾ ਨਾਨਕ ਤੋਂ ਜਿਹੜਾ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਜੀ, ਆਲੀਸ਼ਾਨ ਬਿਲਡਿੰਗ ਜਿਹੜੀ ਏਅਰਪੋਰਟ ਦਾ ਤੁਹਾਨੂੰ ਜਿਹੜਾ ਇਹ ਭੁਲੇਖਾ ਪਾ ਰਹੀ ਆ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਜਾਂ ਹਿੰਦੂ ਮੁਸਲਮਾਨ ਸਿੱਖ ਸਟੈਚੂ ਜਿਹੜੇ ਬਣਾਏ ਨੇ ਜੀ, ਇਹ ਤੁਸੀਂ ਦੇਖ ਰਹੇ ਹੋ ਸੰਗਮਰਮਰ ਦਾ ਜਿਹੜੇ ਸਟੈਚੂ ਜਿਹੜੇ ਨੇ ਇਹ ਬਣਾਏ ਨੇ ਜੀ। ਸਰਦਾਰ ਜਿਹੜੇ ਜੇ ਸਟੈਚੂ ਵਾਲੇ ਦੇਖੋ ਜੀ, ਉਹਨਾਂ ਨੇ ਬਾਲਟੀ ਫੜੀ ਹੋਈ ਹੈ, ਹੱਥ ਵਿੱਚ ਕੜਛੀ ਹੈ। ਮੇਰਾ ਕਹਿਣ ਦਾ ਮਤਲਬ ਵੀ ਏਕਤਾ ਦਾ ਸਬੂਤ ਦਿੰਦਿਆਂ ਜਿਹੜਾ ਵੀ ਇਹ ਮਾਡਲ ਜਿਹੜਾ ਵਾ ਇਹ ਤਿਆਰ ਕੀਤਾ ਦਾ ਜੀ, ਤੁਹਾਨੂੰ ਹੁਣ ਦਿਖਾਉਂਦੇ ਹਾਂ ਦੂਜੀ ਜੀ ਝਲਕੀ ਜੀ। ਤੁਸੀਂ ਦੇਖ ਰਹੇ ਹੋ ਜੀ ਇਹ ਰਿਪੋਰਟ ਦਾ ਭੁਲੇਖਾ ਪਾਉਂਦੀ ਹੋਈ ਬਿਲਡਿੰਗ। ਤੁਸੀਂ ਏਅਰਪੋਰਟ 'ਤੇ ਜ਼ਰੂਰ ਗਏ ਹੋਵੋਗੇ, ਪਰ ਜੋ ਡੇਰਾ ਬਾਬਾ ਨਾਨਕ ਦਾ ਇਹ ਜਿਹੜਾ ਟਰਮੀਨਲ ਆ ਜੀ, ਪਾਕਿਸਤਾਨ ਵਾਲੇ ਜਿਹੜੇ ਯਾਤਰੂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਂਦੇ ਨੇ, ਇਸ ਤੋਂ ਹੋ ਕੇ ਹੀ ਉਹਨਾਂ ਨੂੰ ਅੱਗੇ ਜਾਣਾ ਪੈਂਦਾ। ਆਓ ਤੁਹਾਨੂੰ ਅਗਲੀ ਜਿਹੜੀ ਆ ਉਹ ਵੀ ਦਿਖਾਉਂਦੇ ਹਾਂ ਜੀ। ਤੁਸੀਂ ਦੇਖ ਰਹੇ ਹੋ ਜੀ ਸਟੈਚੂ ਇੱਕ ਇਹ ਵੀ ਬਣਿਆ ਹੋਇਆ ਵਾ ਕਿਸਾਨ ਦਾ, ਮੋਢੇ ਉੱਤੇ ਉਹਨੇ ਹਾਲੇ ਟੰਗੀ ਹੋਈ ਹੈ। ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਵਾਸਤੇ ਜਿਹੜਾ ਇਹ ਜਿਹੜਾ ਸਟੈਚੂ ਜਿਹੜਾ ਇੱਥੇ ਟਰਮੀਨਲ 'ਤੇ ਇਹ ਵੀ ਲਗਾਇਆ ਗਿਆ ਹੈ, ਅਤਿ ਸੁੰਦਰ ਜਿਹੜਾ ਨਜ਼ਾਰਾ ਜਿਹੜਾ ਵੀ ਆਪੇ ਪੇਸ਼ ਕਰ ਰਹੇ ਨੇ। ਆਓ ਤੁਹਾਨੂੰ ਹੁਣ ਅੱਗੇ ਚੱਲਦੇ ਹਾਂ ਜੀ। ਤੁਹਾਨੂੰ ਦਿਖਾਉਂਦੇ ਹਾਂ ਸੈਲਫੀ ਪੁਆਇੰਟ। ਆ ਤੁਸੀਂ ਮੇਰੇ ਪਿਛਲੇ ਬਣੇ ਦੇਖ ਰਹੇ ਹੋ ਜੀ ਇੱਕ ਮੁਕਾਰ ਦਾ ਜਿਹੜਾ ਬਹੁਤ ਹੀ ਸੁੰਦਰ ਤਰੀਕੇ ਨਾਲ ਜਿਹੜਾ ਇੱਕ ਮੁਕਾਰ ਜਿਹੜਾ ਨਾ ਉਹ ਸਾਰਿਆਂ ਦਾ ਤੁਸੀਂ ਦੇਖ ਸਕਦੇ ਹੋ। ਕਿਉਂ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇ ਉੱਤੇ ਦੇਖੋ ਤੁਸੀਂ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ IPC ਡੇਰਾ ਬਾਬਾ ਨਾਨਕ, ਜਿਹੜੇ ਵੀ ਪਾਕਿਸਤਾਨ ਤੋਂ ਯਾਤਰੂ ਜਿਹੜੇ ਜਾਂ ਆਉਂਦੇ ਨੇ ਜਾਂ ਜਾਂਦੇ ਨੇ ਇੱਥੇ ਹੀ ਸੈਲਫੀ ਪੁਆਇੰਟ ਬਣਿਆ ਵਾ। ਉਹ ਕੁਝ ਯਾਦਗਰੀਆਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਉਹ ਆਪਣੇ ਨਾਲ ਲੈ ਕੇ ਜਾਂਦੇ ਨੇ ਜੀ। ਆਓ ਤੁਹਾਨੂੰ ਅਗਲਾ ਪੜਾਅ ਵੀ ਦਿਖਾਉਂਦੇ ਹਾਂ ਜੀ। ਹੁਣ ਤੁਹਾਨੂੰ ਦਿਖਾ ਰਹੇ ਹਾਂ ਟਰਮੀਨਲ ਦੇ ਅੰਦਰ ਦੀਆਂ ਯਾਦਗਾਰੀ ਤਸਵੀਰਾਂ। ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਗੁਰੂ ਨਾਨਕ ਦੇਵ ਜੀ ਦੇ ਸੰਬੰਧਿਤ ਨਾਲ ਜਿਹੜੀਆਂ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਇਸ ਟਰਮੀਨਲ ਨੂੰ ਚਾਰ ਚੰਦ ਲਾਉਂਦਿਆਂ ਹੋਇਆਂ ਜਿਹੜੇ ਵੀ ਯਾਤਰੂ ਅੰਦਰ ਪ੍ਰਵੇਸ਼ ਕਰਦੇ ਨੇ ਉਹਨਾਂ ਦਾ ਮਨ ਬਾਗੋ ਬਾਗ ਹੋ ਜਾਂਦਾ ਜੀ ਇਹ ਤਸਵੀਰਾਂ ਗੁਰੂ ਨਾਨਕ ਦੇਵ ਦੀਆਂ ਦੇਖ ਕੇ ਅਤੇ ਟਰਮੀਨਲ ਦੇਖ ਕੇ ਜੀ। ਮੇਰੇ
मेरे पिछले बने तुसी देख रहे हो भी पत्थर, ये कोई आम पत्थर नहीं है। ये तुहानू दिखाने पत्थरों के उत्ते जिहड़ियां गुरबाणी है दियां तुकां ने वह इहदे ते लिखियां ने। हर गुरबाणी की तुक जिहड़ी है तुहानू इस पत्थरों ते नज़र आएगी। तुसी देख रहे हो बहुत ही सुंदर तरीके दे नाल जिहड़ी पत्थर की नकाशी जिहड़ी है भी तुहानू अज आपां दिखाउण जा रहे हैं जी। कैमरामैन जतिंदर सोनू ने मूरा जी डेरा बाबा नानक तो विशेष।